ਦੇਖੋ ਮੇਰੀ ਗੱਲ ਸੁਣੋ, ਮੈਂ ਪ੍ਰੈਸ ਸਟੇਟਮੈਂਟ ਜਾਰੀ ਕਰ ਦਿੱਤੀ ਹੈ। ਖਹਿਰਾ ਸਾਹਿਬ ਦੇ ਬਿਆਨਾਂ ਨਾਲ ਪੰਜਾਬ ਦੀ ਕਾਂਗਰਸ ਅਤੇ ਹਿੰਦੁਸਤਾਨ ਦੀ ਕਾਂਗਰਸ ਬਿਲਕੁਲ ਸਹਿਮਤ ਨਹੀਂ। ਇਹ ਉਹਨਾਂ ਦੇ ਪਰਸਨਲ ਬਿਆਨ ਨੇ। ਮੈਂ ਬਕਾਇਦਾ ਤੌਰ ਕਹਿ ਦਿੱਤਾ ਹਰ ਹਿੰਦੁਸਤਾਨੀ ਨੂੰ, ਹਰ ਸੂਬੇ ਦੇ ਵਿੱਚ, ਹਰ ਜਗ੍ਹਾ ਦੇ ਵਿੱਚ ਪੂਰਨ ਆ ਕੇ ਆਪਣੀ ਵੋਟ ਬਣਾਉਣ ਦਾ ਵੀ, ਕੰਮ ਲੈਣ ਦਾ ਵੀ। ਸੋ ਖਹਿਰਾ ਸਾਹਿਬ ਦੇ ਨਿੱਜੀ ਵਿਊਜ਼ ਨੇ, ਕਾਂਗਰਸ ਇਹਨਾਂ ਦੇ ਵਿਊ ਨਾਲ ਸਹਿਮਤ ਨਹੀਂ। ਦੇਖੋ ਮੇਰੀ ਗੱਲ ਸੁਣੋ, ਮੈਂ ਪ੍ਰੈਸ ਸਟੇਟਮੈਂਟ ਜਾਰੀ ਕਰ ਦਿੱਤੀ ਹੈ। ਖਹਿਰਾ ਸਾਹਿਬ ਦੇ ਬਿਆਨਾਂ ਨਾਲ ਪੰਜਾਬ ਦੀ ਕਾਂਗਰਸ ਅਤੇ ਹਿੰਦੁਸਤਾਨ ਦੀ ਕਾਂਗਰਸ ਬਿਲਕੁਲ ਸਹਿਮਤ ਨਹੀਂ। ਇਹ ਉਹਨਾਂ ਦੇ ਪਰਸਨਲ ਬਿਆਨ ਨੇ। ਮੈਂ ਬਕਾਇਦਾ ਤੌਰ ਕਹਿ ਦਿੱਤਾ ਹਰ ਹਿੰਦੁਸਤਾਨੀ ਨੂੰ, ਹਰ ਸੂਬੇ ਦੇ ਵਿੱਚ, ਹਰ ਜਗ੍ਹਾ ਦੇ ਵਿੱਚ ਪੂਰਨ ਆ ਕੇ ਆਪਣੀ ਵੋਟ ਬਣਾਉਣ ਦਾ ਵੀ, ਕੰਮ ਲੈਣ ਦਾ ਵੀ। ਸੋ ਖਹਿਰਾ ਸਾਹਿਬ ਦੇ ਨਿੱਜੀ ਵਿਊਜ਼ ਨੇ, ਕਾਂਗਰਸ ਇਹਨਾਂ ਦੇ ਵਿਊ ਨਾਲ ਸਹਿਮਤ ਨਹੀਂ। ਦੇਖੋ ਮੇਰੀ ਗੱਲ ਸੁਣੋ, ਮੈਂ ਪ੍ਰੈਸ ਸਟੇਟਮੈਂਟ ਜਾਰੀ ਕਰ ਦਿੱਤੀ ਹੈ। ਖਹਿਰਾ ਸਾਹਿਬ ਦੇ ਬਿਆਨਾਂ ਨਾਲ ਪੰਜਾਬ ਦੀ ਕਾਂਗਰਸ ਅਤੇ ਹਿੰਦੁਸਤਾਨ ਦੀ ਕਾਂਗਰਸ ਬਿਲਕੁਲ ਸਹਿਮਤ ਨਹੀਂ। ਇਹ ਉਹਨਾਂ ਦੇ ਪਰਸਨਲ ਬਿਆਨ ਨੇ। ਮੈਂ ਬਕਾਇਦਾ ਤੌਰ ਕਹਿ ਦਿੱਤਾ ਹਰ ਹਿੰਦੁਸਤਾਨੀ ਨੂੰ, ਹਰ ਸੂਬੇ ਦੇ ਵਿੱਚ, ਹਰ ਜਗ੍ਹਾ ਦੇ ਵਿੱਚ ਪੂਰਨ ਆ ਕੇ ਆਪਣੀ ਵੋਟ ਬਣਾਉਣ ਦਾ ਵੀ, ਕੰਮ ਲੈਣ ਦਾ ਵੀ। ਸੋ ਖਹਿਰਾ ਸਾਹਿਬ ਦੇ ਨਿੱਜੀ ਵਿਊਜ਼ ਨੇ, ਕਾਂਗਰਸ ਇਹਨਾਂ ਦੇ ਵਿਊ ਨਾਲ ਸਹਿਮਤ ਨਹੀਂ। ਦੇਖੋ ਮੇਰੀ ਗੱਲ ਸੁਣੋ, ਮੈਂ ਪ੍ਰੈਸ ਸਟੇਟਮੈਂਟ ਜਾਰੀ ਕਰ ਦਿੱਤੀ ਹੈ। ਖਹਿਰਾ ਸਾਹਿਬ ਦੇ ਬਿਆਨਾਂ ਨਾਲ ਪੰਜਾਬ ਦੀ ਕਾਂਗਰਸ ਅਤੇ ਹਿੰਦੁਸਤਾਨ ਦੀ ਕਾਂਗਰਸ ਬਿਲਕੁਲ ਸਹਿਮਤ ਨਹੀਂ। ਇਹ ਉਹਨਾਂ ਦੇ ਪਰਸਨਲ ਬਿਆਨ ਨੇ। ਮੈਂ ਬਕਾਇਦਾ ਤੌਰ ਕਹਿ ਦਿੱਤਾ ਹਰ ਹਿੰਦੁਸਤਾਨੀ ਨੂੰ, ਹਰ ਸੂਬੇ ਦੇ ਵਿੱਚ, ਹਰ ਜਗ੍ਹਾ ਦੇ ਵਿੱਚ ਪੂਰਨ ਆ ਕੇ ਆਪਣੀ ਵੋਟ ਬਣਾਉਣ ਦਾ ਵੀ, ਕੰਮ ਲੈਣ ਦਾ ਵੀ। ਸੋ ਖਹਿਰਾ ਸਾਹਿਬ ਦੇ ਨਿੱਜੀ ਵਿਊਜ਼ ਨੇ, ਕਾਂਗਰਸ ਇਹਨਾਂ ਦੇ ਵਿਊ ਨਾਲ ਸਹਿਮਤ ਨਹੀਂ। ਦੇਖੋ ਮੇਰੀ ਗੱਲ ਸੁਣੋ, ਮੈਂ ਪ੍ਰੈਸ ਸਟੇਟਮੈਂਟ ਜਾਰੀ ਕਰ ਦਿੱਤੀ ਹੈ। ਖਹਿਰਾ ਸਾਹਿਬ ਦੇ ਬਿਆਨਾਂ ਨਾਲ ਪੰਜਾਬ ਦੀ ਕਾਂਗਰਸ ਅਤੇ ਹਿੰਦੁਸਤਾਨ ਦੀ ਕਾਂਗਰਸ ਬਿਲਕੁਲ ਸਹਿਮਤ ਨਹੀਂ। ਇਹ ਉਹਨਾਂ ਦੇ ਪਰਸਨਲ ਬਿਆਨ ਨੇ। ਮੈਂ ਬਕਾਇਦਾ ਤੌਰ ਕਹਿ ਦਿੱਤਾ ਹਰ ਹਿੰਦੁਸਤਾਨੀ ਨੂੰ, ਹਰ ਸੂਬੇ ਦੇ ਵਿੱਚ, ਹਰ ਜਗ੍ਹਾ ਦੇ ਵਿੱਚ ਪੂਰਨ ਆ ਕੇ ਆਪਣੀ ਵੋਟ ਬਣਾਉਣ ਦਾ ਵੀ, ਕੰਮ ਲੈਣ ਦਾ ਵੀ। ਸੋ ਖਹਿਰਾ ਸਾਹਿਬ ਦੇ ਨਿੱਜੀ ਵਿਊਜ਼ ਨੇ, ਕਾਂਗਰਸ ਇਹਨਾਂ ਦੇ ਵਿਊ ਨਾਲ ਸਹਿਮਤ ਨਹੀਂ। ਦੇਖੋ ਮੇਰੀ ਗੱਲ ਸੁਣੋ, ਮੈਂ ਪ੍ਰੈਸ ਸਟੇਟਮੈਂਟ ਜਾਰੀ ਕਰ ਦਿੱਤੀ ਹੈ। ਖਹਿਰਾ ਸਾਹਿਬ ਦੇ ਬਿਆਨਾਂ ਨਾਲ ਪੰਜਾਬ ਦੀ ਕਾਂਗਰਸ ਅਤੇ ਹਿੰਦੁਸਤਾਨ ਦੀ ਕਾਂਗਰਸ ਬਿਲਕੁਲ ਸਹਿਮਤ ਨਹੀਂ। ਇਹ ਉਹਨਾਂ ਦੇ ਪਰਸਨਲ ਬਿਆਨ ਨੇ। ਮੈਂ ਬਕਾਇਦਾ ਤੌਰ ਕਹਿ ਦਿੱਤਾ ਹਰ ਹਿੰਦੁਸਤਾਨੀ ਨੂੰ, ਹਰ ਸੂਬੇ ਦੇ ਵਿੱਚ, ਹਰ ਜਗ੍ਹਾ ਦੇ ਵਿੱਚ ਪੂਰਨ ਆ ਕੇ ਆਪਣੀ ਵੋਟ ਬਣਾਉਣ ਦਾ ਵੀ, ਕੰਮ ਲੈਣ ਦਾ ਵੀ। ਸੋ ਖਹਿਰਾ ਸਾਹਿਬ ਦੇ ਨਿੱਜੀ ਵਿਊਜ਼ ਨੇ, ਕਾਂਗਰਸ ਇਹਨਾਂ ਦੇ ਵਿਊ ਨਾਲ ਸਹਿਮਤ ਨਹੀਂ। ਦੇਖੋ ਮੇਰੀ ਗੱਲ ਸੁਣੋ, ਮੈਂ ਪ੍ਰੈਸ ਸਟੇਟਮੈਂਟ ਜਾਰੀ ਕਰ ਦਿੱਤੀ ਹੈ। ਖਹਿਰਾ ਸਾਹਿਬ ਦੇ ਬਿਆਨਾਂ ਨਾਲ ਪੰਜਾਬ ਦੀ ਕਾਂਗਰਸ ਅਤੇ ਹਿੰਦੁਸਤਾਨ ਦੀ ਕਾਂਗਰਸ ਬਿਲਕੁਲ ਸਹਿਮਤ ਨਹੀਂ। ਇਹ ਉਹਨਾਂ ਦੇ ਪਰਸਨਲ ਬਿਆਨ ਨੇ। ਮੈਂ ਬਕਾਇਦਾ ਤੌਰ ਕਹਿ ਦਿੱਤਾ ਹਰ ਹਿੰਦੁਸਤਾਨੀ ਨੂੰ, ਹਰ ਸੂਬੇ ਦੇ ਵਿੱਚ, ਹਰ ਜਗ੍ਹਾ ਦੇ ਵਿੱਚ ਪੂਰਨ ਆ ਕੇ ਆਪਣੀ ਵੋਟ ਬਣਾਉਣ ਦਾ ਵੀ, ਕੰਮ ਲੈਣ ਦਾ ਵੀ। ਸੋ ਖਹਿਰਾ ਸਾਹਿਬ ਦੇ ਨਿੱਜੀ ਵਿਊਜ਼ ਨੇ, ਕਾਂਗਰਸ ਇਹਨਾਂ ਦੇ ਵਿਊ ਨਾਲ ਸਹਿਮਤ ਨਹੀਂ। ਦੇਖੋ ਮੇਰੀ ਗੱਲ ਸੁਣੋ, ਮੈਂ ਪ੍ਰੈਸ ਸਟੇਟਮੈਂਟ ਜਾਰੀ ਕਰ ਦਿੱਤੀ ਹੈ। ਖਹਿਰਾ ਸਾਹਿਬ ਦੇ ਬਿਆਨਾਂ ਨਾਲ ਪੰਜਾਬ ਦੀ ਕਾਂਗਰਸ ਅਤੇ ਹਿੰਦੁਸਤਾਨ ਦੀ ਕਾਂਗਰਸ ਬਿਲਕੁਲ ਸਹਿਮਤ ਨਹੀਂ। ਇਹ ਉਹਨਾਂ ਦੇ ਪਰਸਨਲ ਬਿਆਨ ਨੇ। ਮੈਂ ਬਕਾਇਦਾ ਤੌਰ ਕਹਿ ਦਿੱਤਾ ਹਰ ਹਿੰਦੁਸਤਾਨੀ ਨੂੰ, ਹਰ ਸੂਬੇ ਦੇ ਵਿੱਚ, ਹਰ ਜਗ੍ਹਾ ਦੇ ਵਿੱਚ ਪੂਰਨ ਆ ਕੇ ਆਪਣੀ ਵੋਟ ਬਣਾਉਣ ਦਾ ਵੀ, ਕੰਮ ਲੈਣ ਦਾ ਵੀ। ਸੋ ਖਹਿਰਾ ਸਾਹਿਬ ਦੇ ਨਿੱਜੀ ਵਿਊਜ਼ ਨੇ, ਕਾਂਗਰਸ ਇਹਨਾਂ ਦੇ ਵਿਊ ਨਾਲ ਸਹਿਮਤ ਨਹੀਂ। ਦੇਖੋ ਮੇਰੀ ਗੱਲ ਸੁਣੋ, ਮੈਂ ਪ੍ਰੈਸ ਸਟੇਟਮੈਂਟ ਜਾਰੀ ਕਰ ਦਿੱਤੀ ਹੈ। ਖਹਿਰਾ ਸਾਹਿਬ ਦੇ ਬਿਆਨਾਂ ਨਾਲ ਪੰਜਾਬ ਦੀ ਕਾਂਗਰਸ ਅਤੇ ਹਿੰਦੁਸਤਾਨ ਦੀ ਕਾਂਗਰਸ ਬਿਲਕੁਲ ਸਹਿਮਤ ਨਹੀਂ। ਇਹ ਉਹਨਾਂ ਦੇ ਪਰਸਨਲ ਬਿਆਨ ਨੇ। ਮੈਂ ਬਕਾਇਦਾ ਤੌਰ ਕਹਿ ਦਿੱਤਾ ਹਰ ਹਿੰਦੁਸਤਾਨੀ ਨੂੰ, ਹਰ ਸੂਬੇ ਦੇ ਵਿੱਚ, ਹਰ ਜਗ੍ਹਾ ਦੇ ਵਿੱਚ ਪੂਰਨ ਆ ਕੇ ਆਪਣੀ ਵੋਟ ਬਣਾਉਣ ਦਾ ਵੀ, ਕੰਮ ਲੈਣ ਦਾ ਵੀ। ਸੋ ਖਹਿਰਾ ਸਾਹਿਬ ਦੇ ਨਿੱਜੀ ਵਿਊਜ਼ ਨੇ, ਕਾਂਗਰਸ ਇਹਨਾਂ ਦੇ ਵਿਊ ਨਾਲ ਸਹਿਮਤ ਨਹੀਂ।